ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਊਰਜਿਤ ਪਟੇਲ ਦੀ ਅਗਵਾਈ ਵਾਲੀ ਮੁਦਰਿਕ ਨੀਤੀ ਕਮੇਟੀ ਨੇ ਨੀਤੀਗਤ ਵਿਆਜ ਦਰਾਂ ਦੇ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ। ਆਪਣੀ ਮੁਦਰਿਕ ਨੀਤੀ ਸਮੀਖਿਆ ਵਿੱਚ ਕੇਂਦਰੀ ਬੈਂਕ ਨੇ ਰੈਪੋ ਦਰ 6.25% ਤੇ ਹੀ ਬਰਕਰਾਰ ਰੱਖੀ ਹੈ, ਹਾਲਾਂਕਿ ਰਿਵਰਸ ਰੈਪੋ ਦਰ 5.75% ਤੋਂ ਵਧਾ ਕੇ 6% ਕਰ ਦਿੱਤਾ ਗਿਆ। ਇਹ ਭਾਵ ਰੈਪੋ ਦਰ ਅਤੇ ਰਿਵਰਸ ਰੈਪੋ ਦਰ ਵਿੱਚ ਹੁਣ ਅੰਤਰ ਕੇਵਲ 0.50% ਤੋਂ ਘੱਟ ਕੇ 0.25% ਹੀ ਰਹਿ ਗਿਆ। ਰਿਜ਼ਰਵ ਬੈਂਕ ਦੇ ਅਨੁਸਾਰ ਅਗਲੀ 6 ਮਾਹੀ ਅਪ੍ਰੈਲ ਸਤੰਬਰ ਵਿੱਚ ਉਪਭੋਗਤਾ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ 4.5% ਰਹੇਗੀ, ਜਦਕਿ ਉਸ ਤੋਂ ਅੱਗੇ 6 ਮਹੀਨੇ ਅਕਤੂਬਰ ਮਾਰਚ 6 ਮਾਹੀ ਵਿੱਚ 5% ਤੱਕ ਦੇ ਮਹਿੰਗਾਈ ਦਾ ਅਨੁਮਾਨ ਲਗਾਇਆ ਗਿਆ ਹੈ।